ਅਸਲਾਮ ਵਾਲੇਕਮ ਜੀ ਦੋਸਤੋ, ਕੀ ਹਾਲ ਚਾਲ ਨੇ? ਠੀਕ ਠਾਕ ਹੋ? ਇਹ ਜੀ ਟੋਟਾ ਵੱਡਾ ਜਿਹੜਾ ਨਾ ਸ਼ੁਰੂ ਕਰ ਦਿੱਤਾ ਸੀ, ਇਨਸ਼ਾਅੱਲਾ ਜਿਹੜਾ ਨਾ ਦੇਖਦੇ ਕਿੰਨਾ ਕੰਮ ਹੁੰਦਾ ਹੈਗਾ। ਇਹ ਜੀ ਮਜ਼ਦੂਰ ਸਾਡਾ ਬੈਠਾ ਹੈਗਾ ਜੀ ਬਾਬੂ ਸਾਹਿਬ, ਅਤੇ ਇਹ ਜੀ ਗੋਸ਼ ਹੋ ਤਿਆਰ ਸਾਡੀ ਹੋ ਗਈ ਹੈ ਅਤੇ ਬਸ ਸ਼ੁਰੂ ਕਰਨ ਲੱਗੇ ਇਹਨੂੰ। ਇਹ ਜੀ ਸਾਡੇ ਹੁਣ ਜਿਹੜੇ ਨਾ 6 ਵਾਰ ਲੱਗ ਗਏ ਨੇ ਅਤੇ ਬਾਕੀ ਜੀ 6 ਵਾਰ ਰਹਿ ਗਏ ਨੇ। ਸਾਡਾ ਸੀਮਿੰਟ ਖਤਮ ਹੋ ਗਿਆ ਸੀ ਅਤੇ ਹੁਣ ਜੀ ਸੀਮਿੰਟ ਤੋਂ ਬਾਅਦ ਸ਼ੁਰੂ ਕਰਨੇ ਹਾਂ। ਬਸ ਜੀ 4 ਕੁ ਵਾਰ ਰਹਿ ਗਏ ਨੇ, ਇਸ ਤੋਂ ਬਾਅਦ ਇਨਸ਼ਾਅੱਲਾ ਜਿਹੜਾ ਨਾ ਬੈਕ ਸਾਈਡ ਦਾ ਟੋਟਾ ਜਿਹੜਾ ਉਹ ਸ਼ੁਰੂ ਕਰਾਂਗੇ ਜੀ। ਇਹ ਜੀ ਇੱਕ ਟੋਟਾ ਸਾਡਾ ਕੰਪਲੀਟ ਹੋ ਗਿਆ ਜੀ ਅਤੇ ਹੁਣ ਬੈਕ ਸਾਈਡ 'ਤੇ ਚੱਲੇ ਹਾਂ ਜੀ। ਇਹ ਜੀ ਸਾਡਾ ਫਰੰਟ ਹੈ, ਰੋਟੀ ਦਾ ਟਾਈਮ ਹੋ ਗਿਆ ਸੀ। ਇਹ ਸਾਡਾ ਸੀਮਿੰਟ ਬਣ ਰਿਹਾ ਜੀ, ਬੈਕ ਸਾਈਡ ਸਾਡੀ ਸ਼ੁਰੂ ਕਰ ਦਿੱਤੀ ਦੀ ਹੈ। ਇਹ ਟੋਟਾ ਜਿਹੜਾ ਅੱਗੇ ਤੁਹਾਨੂੰ ਦਿਖਾਇਆ ਸੀ ਇਹ ਮੁਕੰਮਲ ਹੋ ਗਿਆ ਅਤੇ ਬੈਕ ਸਾਈਡ 'ਤੇ ਵੀ ਜਿਹੜੇ 5-6 ਵਾਰ ਲੱਗ ਗਏ ਨੇ ਅਤੇ ਬਸ ਜੀ 5-4 ਵਾਰ ਰਹਿ ਗਏ ਨੇ ਸਾਡੇ ਬੈਕ ਸਾਈਡ 'ਤੇ ਵੀ। ਇੱਕ ਇਹ ਟੋਟਾ ਲਾਇਆ ਜੀ ਵੱਡਾ, ਇਹ ਜੀ ਜਿਹੜਾ ਵੱਡਾ ਟੋਟਾ ਸੀ ਇਹ ਸ਼ੁਰੂ ਤੁਹਾਨੂੰ ਦਿਖਾਇਆ ਸੀ ਵੀ ਹੈ ਜੀ, ਅਤੇ ਇਹ ਬੈਕ ਸਾਈਡ ਆ ਗਈ ਹੈ ਜੀ ਜਿਹੜੇ ਮਜ਼ਦੂਰ। ਬੈਕ ਸਾਈਡ ਵੀ ਕੰਪਲੀਟ ਸਾਡੀ ਹੋ ਗਈ ਹੈ ਅਤੇ ਹੁਣ ਇਸ ਤੋਂ ਬਾਅਦ ਜਿਹੜੇ ਨਾ ਸਾਈਡ ਦਾ ਟੋਟਾ ਜਿਹੜਾ ਉਹਦੇ ਜੀ 5-6 ਵਾਰ ਲੱਗ ਗਏ ਸਾਡੇ, 9 ਵਾਰ ਲੱਗ ਗਏ ਤੀਸਰੀ ਸਾਈਡ ਦੇ। ਮਾਸ਼ਾਅੱਲਾ ਜੀ ਕੰਮ ਕਾਫੀ ਜ਼ਿਆਦਾ ਹੋ ਗਿਆ ਵੈ, 3 ਮਿਸਤਰੀਆਂ ਅਤੇ 3 ਮਜ਼ਦੂਰ ਸਨ, ਗੋਵਾਂ ਦੇ ਕੰਮ ਸੀ ਅਤੇ ਸਾਡੇ ਕੋਲ 5000 ਰੇਟ ਲੱਗ ਗਈ ਅਜੇ, ਸੋਚਣਾ ਜਿਹੜੀ ਬਿਲਕੁਲ ਕੰਪਲੀਟ ਹੋ ਜਾਏਗੀ।